नवजीवन हस्पताल फाजिलका वल्लों बार्डर पट्टी दे पिंडां विच लगाए जा रहे हन फ्री मेडिकल चेकअप कैंप। फाजिलका जिले दे बार्डर पट्टी दे पिंडां विच हड़ प्रभावित इलाकियां विच जिथे सरकार वल्लों सुविधा कैंप लगाए गए, उथे ही निजी संस्थावां, किसान जथेबंदियां अते कई धार्मिक संस्थावां वल्लों हड़ पीड़तां दी बांह फड़ी गई। उथे ही नवजीवन हस्पताल वल्लों न्यू कालड़ा मेडिकल स्टोर दे सहयोग नाल पिंड चंगड़ पैणी अते आस पास दियां टाणियां विच फ्री मेडिकल कैंप लगाया गया। नवजीवन हस्पताल डाक्टरां दी टीम ने दस्या कि हड़ कारण बार्डर पट्टी दे पिंडां विच बीमारियां फैलण दा खदशा बणिया होया है। कई टाणियां दा संपर्क वी पाणी आउण नाल सड़कां तों टुट चुक्या है। सो नवजीवन हस्पताल फाजिलका वल्लों इह फ्री मेडिकल कैंप लगाया गया है। बने रहो साडे नाल, देखदे रहो साडा चैनल, साडे चैनल नूं सबस्क्राइब जरूर करो। देखो जी, पिछले कुछ समय तो जिस तरह दा पानी दा बहाव पिछले साडे बॉर्डर बैट दे पिंडां दे विच आया है, बहुत दुखदाई खबर है। इस दे नाल सेहत सेवावां बिल्कुल विगड़ गईआं हन। लोकां दे विच खारिश, अखां दी इनफेक्शन, बहुत कई तरह दी बीमारियां, मलेरिया, टाइफाइड बहुत फैल चुका है। इस दे मद्देनज़र रखदे असीं एक मेडिकल कैंप लगाया, जिस दे विच असीं बिल्कुल फ्री ऑफ कॉस्ट मेडिसिन प्रोवाइड कीती है पिंड वासियां नूं। इस दे लाहा लैण दे विच आले दुआले दे 5-7 पिंडां दे मरीज़ अज आए ने। 120 प्लस ਮਰੀਜ਼ਾਂ ਦੀ ਓ ਪੀ ਡੀ ਅੱਜ ਅਸੀਂ ਕੀਤੀ ਹੈ। ਠੀਕ ਹੈ। ਦੇਖੋ, ਮੈਂ ਐਜ਼ ਏ ਡਾਕਟਰ ਜਸਵਿੰਦਰ ਨਵਜੀਵਨ ਹਸਪਤਾਲ ਦੇ ਵਿੱਚ ਐਜ਼ ਏ ਕੰਸਲਟੈਂਟ ਫਿਜੀਸ਼ੀਅਨ ਆਪਣੀਆਂ ਸੇਵਾਵਾਂ ਦੇ ਰਿਹਾ ਪਿਛਲੇ 1.5 ਸਾਲ ਤੋਂ। ਇਸ ਏਰੀਆ ਦੇ ਵਿੱਚ ਮੇਰਾ ਪਹਿਲਾ ਕੈਂਪ ਹੈ ਐਜ਼ ਏ ਫਲੱਡ ਵਿਕਟਿਮਸ ਲਈ। ਸੋ ਬਹੁਤ ਅੱਛਾ ਲੱਗ ਰਿਹਾ ਕਿ ਸਮਾਜ ਸੇਵਾ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ। ਮੇਰੇ ਨਾਲ ਮੇਰੇ ਵੱਡੇ ਵੀਰ ਜੀ ਤਜਿੰਦਰ ਸਿੰਘ ਕਾਲੜਾ ਜੀ ਨੇ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਗਿਆ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਅੱਜ ਅਸੀਂ ਇੱਥੇ ਹੜ੍ਹ ਪੀੜਤਾਂ ਵਾਸਤੇ ਸਾਰੀ ਬਾਰਡਰ ਬੈਲਟ ਦੇ ਵਿੱਚ ਜੋ ਹੜ੍ਹ ਦੀ ਸਮੱਸਿਆ ਬਣ ਚੁੱਕੀ ਹੈ ਆਪਣੇ ਫਾਜ਼ਿਲਕਾ ਦੇ ਏਰੀਏ ਵਿੱਚ, ਉਹਨਾਂ ਵਾਸਤੇ ਅਸੀਂ ਅੱਜ ਇੱਕ ਕੈਂਪ ਆਯੋਜਿਤ ਕੀਤਾ ਸੀ, ਜਿਹੜਾ ਕਿ ਕੈਂਪ ਨਵਜੀਵਨ ਹਸਪਤਾਲ ਅਤੇ ਕਾਲੜਾ ਮੈਡੀਕਲ ਦੇ ਦੋਵਾਂ ਦੇ ਆਪਸ ਵਿੱਚ ਸਹਿਯੋਗ ਦੇ ਨਾਲ ਇਹ ਲਗਾਇਆ ਜਾ ਰਿਹਾ ਸੀਗਾ। ਇੱਥੇ ਅਸੀਂ 120 ਤੋਂ 125 ਪੇਸ਼ੈਂਟ ਅਟੈਂਡ ਕੀਤੇ ਹੈ। ਵੇਖਣ ਨੂੰ ਮਿਲਿਆ ਕਿ ਇੱਥੇ ਪਾਣੀ ਦੇ ਨਾਲ ਪੇਸ਼ੈਂਟਸ ਦੇ ਵਿੱਚ ਕਾਫੀ ਐਲਰਜੀ ਦੀ ਪ੍ਰੋਬਲਮ ਔਰ ਆਈ ਫਲੂ ਟਾਈਪ ਪ੍ਰੋਬਲਮਸ ਆ ਚੁੱਕੀ ਹੈ, ਅਤੇ ਇਹਨਾਂ ਦੇ ਲਈ ਸਾਰੀਆਂ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਗਈਆਂ। ਅਤੇ ਮੈਂ ਇਹ ਮੈਸੇਜ ਸਾਰੇ ਫਾਜ਼ਿਲਕਾ ਵਾਸੀਆਂ ਤੱਕ ਪਹੁੰਚਾਉਣਾ ਚਾਹਾਂਗਾ ਕਿ ਹਮੇਸ਼ਾ ਪੰਜਾਬੀਆਂ ਨੇ ਬਾਹਰਲੀਆਂ ਸਟੇਟਾਂ ਵਿੱਚ ਬਹੁਤ ਮਦਦ ਕੀਤੀ ਹੈ। ਕਿਤੇ ਵੀ ਕੋਈ ਵਿਪਤਾ ਆਈ ਹੈ ਤਾਂ ਪੰਜਾਬੀਆਂ ਨੇ ਬਹੁਤ ਮਦਦ ਕੀਤੀ ਹੈ ਆਪਣੇ ਫਾਜ਼ਿਲਕਾ ਦੇ ਵਿੱਚ ਅਤੇ ਆਪਣੇ ਪੰਜਾਬ ਦੇ ਵਿੱਚ। ਹੁਣ ਬਹੁਤ ਵੱਡੀ ਵਿਪਤਾ ਆਈ ਹੈ। ਵੈਸੇ ਤਾਂ ਪੰਜਾਬੀ ਮੁਸ਼ਕਲਾਂ ਨੂੰ ਮੁਸ਼ਕਲਾਂ ਨਹੀਂ ਸਮਝਦੇ, ਪਰ ਇਸ ਟਾਈਮ ਪੰਜਾਬੀਆਂ ਨੂੰ ਇਸ ਚੀਜ਼ ਦੀ ਲੋੜ ਹੈ ਕਿ ਸਾਰੇ ਸ਼ਹਿਰ ਵਾਸੀ ਅਤੇ ਲਾਗੇ ਤਾਗੇ ਦੇ ਜਿੰਨੇ ਵੀ ਲੋਕ ਇਸ ਗੱਲ ਨੂੰ ਸੁਣ ਰਹੇ ਆ, ਉਹ ਇਹਨਾਂ ਹੜ੍ਹ ਪੀੜਤਾਂ ਦਾ ਆ ਕੇ ਸਹਿਯੋਗ ਕਰਨ। ਜਿਸ ਤਰ੍ਹਾਂ ਵੀ ਕੋਈ ਮਦਦ ਕੀਤੀ ਜਾ ਸਕਦੀ ਹੈ ਉਸ ਤਰ੍ਹਾਂ ਦੀ ਮਦਦ ਕੀਤੀ ਜਾਵੇ, ਪਸ਼ੂਆਂ ਦੇ ਲਈ ਹਰੇ ਚਾਰੇ ਦੀ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਅਸੀਂ 2 ਕਿੱਲੇ ਪਨੀਰੀ, ਜੋ ਕਿ 1692 ਕਿਸਮ ਦੀ ਹੈ ਪਨੀਰੀ ਹੈ, ਉਹ ਪਛੇਤੀ ਕਿਸਮ ਹੈ, 40 ਦਿਨਾਂ ਦੇ ਵਿੱਚ, 40 ਤੋਂ 50 ਦਿਨਾਂ 'ਚ ਝੋਨਾ ਪੱਕ ਜਾਂਦਾ, 2 ਕਿੱਲਿਆਂ ਦੇ ਵਿੱਚ ਅਸੀਂ ਉਹ ਪਨੀਰੀ ਲਗਾਈ ਹੈ। 2 ਕਿੱਲਿਆਂ ਦੀ ਜਿਹੜੀ ਪਨੀਰੀ ਹੈ ਉਹ ਜ਼ਿਆਦਾ ਨਹੀਂ ਤਾਂ 200 ਕਿੱਲਾ ਜਿਹੜੀ ਝੋਨਾ ਲਗਾਉਣ ਦੇ ਕੰਮ ਆ ਸਕੇਗੀ। ਕਿਸੇ ਵੀ ਵੀਰ ਨੂੰ ਪਨੀਰੀ ਦੀ ਵੀ ਲੋੜ ਹੋਵੇ ਤਾਂ ਉਹ ਸਾਡੇ ਨਾਲ ਕਾਲੜਾ ਮੈਡੀਕਲ 'ਤੇ ਸੰਪਰਕ ਕਰ ਸਕਦਾ। ਇਹ ਪਨੀਰੀ ਨਾਗਪਾਲ ਫਾਰਮ ਵਾਲਿਆਂ ਦੇ ਕਿੱਕਰ ਵਾਲੀ ਰੂਪਾ ਦੇ ਵਿੱਚ ਲਗਾਈ ਗਈ ਹੈ। ਕਿਸੇ ਬੰਦੇ ਨੂੰ ਵੀ ਪਨੀਰੀ ਦੀ ਲੋੜ ਹੋਵੇ, ਮੈਡੀਸਨ ਦੇ ਅੱਗੋਂ ਅਸੀਂ ਫਿਰ ਹੋਰ ਵੀ ਕੈਂਪ ਲਗਾਉਣ ਦੀ ਆਪਦੇ ਵੱਲੋਂ ਪੂਰਾ ਉਪਰਾਲਾ ਕਰਾਂਗੇ। ਪਰਮਿੰਦਰ ਸਿੰਘ, ਪਿੰਡ ਚੰਗੜ ਪੈਣੀ, ਸਾਡੇ ਵੱਡੇ ਵੀਰ ਤਜਿੰਦਰ ਸਿੰਘ ਕਾਲੜਾ ਨਿਊ ਕਾਲੜਾ ਮੈਡੀਕਲ ਤੋਂ ਅੱਜ, ਅਤੇ ਨਾਲ ਨਵਜੀਵਨ ਹੋਸਪਿਟਲ ਤੋਂ ਡਾਕਟਰ ਜਸਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਉਹ ਦਵਾਈਆਂ ਬਿਲਕੁਲ ਫ੍ਰੀ ਆਫ ਕੋਸਟ ਲੈ ਕੇ ਇੱਥੇ ਓ ਪੀ ਡੀ 'ਚ ਕਰਦੇ ਰਹੇ। ਅਤੇ ਇਹ ਲਗਭਗ 125 ਮਰੀਜ਼ ਉਹਨਾਂ ਨੇ ਚੈੱਕਅਪ ਕੀਤਾ ਹੈ, ਅਤੇ ਬਿਲਕੁਲ ਸਾਰੇ ਅੱਜ ਆਸ ਪਾਸ ਦੇ ਪਿੰਡਾਂ ਤੋਂ ਪਹੁੰਚੇ ਨੇ ਮਰੀਜ਼ ਕਾਫੀ, ਅਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਹੜੇ ਮੁਸੀਬਤ ਦੀ ਘੜੀ 'ਚ ਸਾਡੇ 15 ਦਿਨਾਂ ਤੋਂ ਲਗਾਤਾਰ ਪਿੱਛੇ ਪਾਣੀ ਚੱਲ ਰਿਹਾ ਹੈ, ਅਤੇ ਜੋ ਕਿ ਫਾਜ਼ਿਲਕਾ ਨਾਲ ਸੰਪਰਕ ਟੁੱਟਿਆ ਹੋਇਆ ਸਾਡਾ, ਵੀ ਉੱਥੇ ਆਉਣ ਜਾਣਾ ਪੇਸ਼ੈਂਟ ਜਾ ਨਹੀਂ ਸਕਦਾ ਕੋਈ, ਅਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ 'ਚ ਪਹੁੰਚੇ ਨੇ।